ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਔਰ ਇੱਥੇ ਦੀ ਸਰਕਾਰ ਦਾ ਚੁਣਨ ਦਾ ਹੱਕ ਜਿਹੜਾ ਹੈ ਉਹ ਜਨਤਾ ਨੂੰ ਮਿਲਿਆ। ਇਹ ਸਭ ਤੋਂ ਵੱਡੀ ਖੂਬਸੂਰਤੀ ਹੈ ਔਰ ਮੈਂ ਜੋ ਉਤਸਾਹ ਦੇਖ ਰਿਹਾ, ਲੋਕ ਗਰਮੀ ਦੇ ਵਿੱਚ ਬੜੀ ਵੱਡੀ ਸੰਖਿਆ ਦੇ ਵਿੱਚ ਇਸ ਉਤਸਵ ਦੇ ਵਿੱਚ ਭਾਗ ਲੈਣ ਆਏ ਨੇ। ਮੈਂ ਉਹਨਾਂ ਦਾ ਸਵਾਗਤ ਕਰਨਾ ਔਰ ਬੇਨਤੀ ਕਰਨਾ ਸਾਰੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਕਿ ਇਹ ਆਪਣੇ ਅਧਿਕਾਰ ਦਾ ਵਰਤੋਂ ਜ਼ਰੂਰ ਕਰੋ ਔਰ ਯੋਗ ਜਿਹੜਾ ਪ੍ਰਤਿਆਸ਼ੀ ਹੈ ਉਹਨੂੰ ਵੋਟ ਪਾਓ। ਐਸਾ ਪ੍ਰਤਿਆਸ਼ੀ ਜਿਹੜਾ ਕਿ ਤੁਹਾਡੇ ਆਉਣ ਵਾਲੇ ਭਵਿੱਖ ਨੂੰ ਸਵਾਰ ਸਕੇ ਔਰ ਤੁਹਾਡੇ ਬੱਚਿਆਂ ਦੇ ਜੀਵਨ ਨੂੰ ਸਰ ਸੁਵਿਧਾ ਸੰਪੰਨ ਬਣਾ ਸਕੇ, ਕਿਉਂਕਿ ਇਹ ਕਿਸੇ ਲਾਲਚ 'ਚ ਆ ਕੇ ਨਹੀਂ ਪਾਉਣ ਵਾਲਾ ਨਿਰਣੇ ਲੈਣਾ, ਇਹ ਨਿਰਣੇ ਲੈਣਾ ਹੈ ਕਿ ਪ੍ਰਤਿਆਸ਼ੀ ਨੂੰ ਦੇਖ ਕੇ ਔਰ ਪ੍ਰਧਾਨ ਮੰਤਰੀ ਦਾ ਦੇਖ ਕੇ ਕਿ ਉਹ ਕਿਹੜਾ ਪ੍ਰਤਿਆਸ਼ੀ ਹੈ ਜਿਹੜਾ ਕਿ ਕਿਸ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਬਾਗਡੋਰ ਦੇਣ ਦੇ ਵਿੱਚ ਸਹਾਇਕ ਹੋ ਸਕਦਾ। ਅੱਛਾ, ਤੁਸੀਂ ਹੁਣ ਤੱਕ ਕੀ ਮਾਹੌਲ ਦੇਖਿਆ ਜੀ, ਤੁਹਾਨੂੰ ਕੀ ਲੱਗ ਰਿਹਾ ਜੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੇਗੀ ਤੁਹਾਡੀ? ਵਨ ਸਾਈਡਿਡ ਹੈ, ਬੀਜੇਪੀ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਲੜ ਰਹੇ ਨੇ, ਬੜੀ ਖੁਸ਼ੀ ਦਾ ਮਾਹੌਲ ਹੈ, ਕਾਰਜਕਰਤਾ ਬੜੇ ਉਤਸ਼ਾਹਿਤ ਨੇ। ਔਨ ਦਾ ਕੌਂਟਰੇਰੀ, ਕਾਂਗਰਸ ਇਜ਼ ਏ ਡਿਵਾਈਡਿਡ ਹਾਊਸ। ਅੱਜ ਨਵਜੋਤ ਸਿੰਘ ਸਿੱਧੂ ਨੇ ਹਾਰ ਮੰਨ ਲਈ ਔਰ ਮੁੱਖ ਮੰਤਰੀ ਨੂੰ ਕਹਿ ਦਿੱਤਾ ਕਿ ਜਿਹੜੀ ਹੋਣ ਵਾਲੀ ਭਿਅੰਕਰ ਹਾਰ ਹੈ ਪੰਜਾਬ ਦੇ ਵਿੱਚ, ਉਹਦਾ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਏਗੀ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਬਹੁਤ ਘੱਟ ਬੋਲਦੇ ਨੇ, ਉਹ ਤਕਰੀਬਨ ਜਨਤਾ ਤੋਂ ਦੂਰ ਹੀ ਰਹਿੰਦੇ ਨੇ, ਪਰ ਉਹ ਅੱਜ ਉਹਨਾਂ ਨੇ ਧਮਕੀਆਂ ਦਿੱਤੀਆਂ ਸਾਰੇ ਮੰਤਰੀਆਂ ਨੂੰ ਕਿ ਇਲੈਕਸ਼ਨ ਜਿਹੜਾ ਹਰਦਾ ਨਜ਼ਰ ਆ ਰਿਹਾ ਉਹਦੇ ਲਈ ਤੁਹਾਡੀਆਂ ਸਭ ਸੁਵਿਧਾਵਾਂ ਖੋਲ੍ਹਾਂਗੇ। ਅੱਜ ਬੁਖਲਾਹਟ ਹੈ, ਰਾਜਾ ਵੜਿੰਗ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਉਹ ਤਮਾਚੇ ਮਾਰ ਰਹੇ ਨੇ ਕਾਂਗਰਸ ਦੇ ਵਰਕਰਾਂ ਨੂੰ। ਅੱਜ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕਾਰਜਕਰਤਾ ਨੂੰ ਤਮਾਚਾ ਮਾਰਿਆ, ਅੱਜ ਬੀਬੀ ਪੱਟਲ ਨੇ ਕਾਂਗਰਸ ਦੇ ਕਾਰਜਕਰਤਾ ਨੂੰ ਤਮਾਚਾ ਮਾਰਿਆ, ਅੱਜ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਾਂਗਰਸ ਦੇ ਸੰਸਦ ਨੇ ਉਹਨਾਂ ਨੇ ਕਿਹਾ ਕੈਪਟਨ ਸਾਹਿਬ ਤੁਸੀਂ ਭ੍ਰਿਸ਼ਟਾਚਾਰ ਔਰ ਭਾਈ ਭਤੀਜਾਵਾਦ ਦੇ ਕਮਜ਼ੋਰ ਕੈਂਡੀਡੇਟਾਂ ਨੂੰ ਕਾਂਗਰਸ ਦੀ ਟਿਕਟ ਦਿੱਤੀ ਹੈ, ਹੁਣ ਜਿਹੜੀ ਹਾਰ ਹੋਣ ਵਾਲੀ ਹੈ ਅਤੇ ਤੁਸੀਂ ਕਿਉਂ ਧਮਕੀਆਂ ਦੇ ਰਹੇ ਹੋ, ਆਪਣੇ 'ਤੇ ਜ਼ਿੰਮੇਵਾਰੀ ਲਓ। ਸੋ ਤਾਂ ਹੁਣ ਪਹਿਲੇ ਹੀ ਹਾਰ ਮੰਨ ਚੁੱਕੇ ਨੇ, ਜਦਕਿ ਦੇਸ਼ ਦੇ ਵਿੱਚ ਮਾਹੌਲ ਹੀ ਅਲੱਗ ਹੈ। ਜੋ ਮੋਦੀ ਜੀ ਚੁਣਾਵ ਲੜ ਰਹੇ ਨੇ ਉਹ ਵਿਕਾਸ 'ਤੇ ਲੜ ਰਹੇ ਨੇ, ਪਰਫੋਰਮੈਂਸ 'ਤੇ ਲੜ ਰਹੇ ਨੇ। ਕਾਂਗਰਸ ਚੁਣਾਵ ਲੜ ਰਹੀ ਹੈ ਕਿ ਮੋਦੀ ਜੀ ਨੂੰ ਹਟਾਉਣਾ। ਇਹ ਇਸ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਕੋਈ ਵਿਦਿਆਰਥੀ ਕਲਾਸ 'ਚ ਫਸਟ ਆਉਂਦਾ ਹੋਏ ਅਤੇ ਜਿੰਨੇ ਫੇਲ ਵਿਦਿਆਰਥੀ ਨੇ ਉਹ ਕਹਿੰਦੇ ਨੇ ਜੀ ਕਿ ਉਹਨੇ ਫਸਟ ਆਉਣ ਵਾਲੇ ਵਿਦਿਆਰਥੀ ਨੂੰ ਅਸੀਂ ਅੱਗੇ ਨਹੀਂ ਆਉਣ ਦੇਣਾ, ਇਹਨੂੰ ਇਮਤਿਹਾਨ ਦੇ ਦਰਵਾਜ਼ੇ 'ਤੇ ਹੀ ਰੋਕ ਲਓ, ਇਹਨੂੰ ਇਮਤਿਹਾਨ ਹੀ ਅੰਦਰ ਹੀ ਨਹੀਂ ਬੈਠਣ ਦੇਣਾ। ਨਵਜੋਤ ਸਿੰਘ ਸਿੱਧੂ ਨੇ ਜੋ ਬਿਆਨ ਦਿੱਤੇ, ਕੈਪਟਨ ਅਮਰਿੰਦਰ ਸਿੰਘ ਨੇ ਜੋ ਬਿਆਨ ਦਿੱਤੇ, ਆਪਸ ਦੇ ਵਿੱਚ ਕੰਟਰਾਡਿਕਸ਼ਨ ਵੀ ਹੈ ਕਿਤੇ ਨਾ ਕਿਤੇ। ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਕਿ ਇਹਦੇ ਨਾਲ ਜਿਹੜੀ ਅਕਾਲੀ ਬੀਜੇਪੀ ਜਿੱਤ ਰਹੀ ਹੈ? ਨਹੀਂ, ਇਹਦੇ ਨਾਲ ਉਹਨਾਂ ਦੀ ਬਖਲਾਹਟ ਔਰ ਹਾਰ ਨਜ਼ਰ ਆ ਰਹੀ ਹੈ। ਜਿਸ ਵੇਲੇ ਕੋਈ ਹਾਰਿਆ ਪ੍ਰਤਿਆਸ਼ੀ ਹੋਏ ਤਾਂ ਬਖਲਾ ਜਾਂਦਾ ਹੈ, ਮਾਨਸਿਕ ਸੰਤੁਲਨ ਹਿੱਲ ਜਾਂਦਾ ਹੈ ਔਰ ਹਾਰ ਦੇ ਡਰ ਤੋਂ ਉਹ ਇੱਕ ਜਿਹਨੂੰ ਕਹਿੰਦੇ ਫੇਸ ਸੇਵਿੰਗ ਬਿਆਨ ਦੇਣੇ ਸ਼ੁਰੂ ਕਰ ਦਿੰਦਾ। ਸੋ ਕਾਂਗਰਸ ਕਦੀ EVM ਦੇ ਉੱਤੇ ਜਾ ਬਰਸਦੀ ਹੈ, ਇਸੇ EVM ਤੋਂ ਉਹਨਾਂ ਦੀ ਮੱਧ ਪ੍ਰਦੇਸ਼ ਰਾਜਸਥਾਨ ਦੀਆਂ ਸਰਕਾਰਾਂ ਬਣੀਆਂ। ਸੋ ਜਦੋਂ ਐਕਸਕਿਊਜ਼ ਕੋਈ ਢੂੰਡਣਾ ਸ਼ੁਰੂ ਕਰਦਾ, ਬਹਾਨੇ ਕੋਈ ਬਣਾਉਣਾ ਸ਼ੁਰੂ ਕਰਦੇ, ਤਾਂ ਇਹ ਸਿਮਟਮ ਹੁੰਦਾ ਹੈ ਕਿ ਉਸ ਵਿਅਕਤੀ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ। ਇਸ ਹਲਕੇ ਦੀ ਗੱਲ ਕਰੀਏ ਤਾਂ ਗੁਰਜੀਤ ਸਿੰਘ ਔਜਲਾ ਨਾਲ ਗੱਲ ਹੋਈ, ਉਹਨਾਂ ਦਾ ਕਹਿਣਾ ਸੀਗਾ ਕਿ ਹਿਸਟੋਰਿਕ, ਉਹਨਾਂ ਦੀ ਹਿਸਟੋਰਿਕ ਜਿੱਤ ਹੋਏਗੀ, ਤੁਹਾਡਾ ਕੀ ਕਹਿਣਾ? ਨਹੀਂ, ਮੈਂ ਇਹਦੇ 'ਤੇ ਟਿੱਪਣੀ ਨਹੀਂ ਕਰਾਂਗਾ। ਗੁਰਜੀਤ ਸਿੰਘ ਔਜਲਾ ਜੀ ਨੂੰ ਸੁਪਨੇ ਦੇਖਣ ਦੇ ਦਿਨ ਦੇ ਵਿੱਚ ਹੀ, ਬਾਕੀ ਹਰਦੀਪ ਸਿੰਘ ਪੁਰੀ ਔਰ ਗੁਰਜੀਤ ਸਿੰਘ ਔਜਲਾ ਦਾ ਮੁਕਾਬਲਾ ਹੀ ਕੋਈ ਨਹੀਂ ਹੈ। ਅੱਜ 2 ਸਾਲ ਤੋਂ ਗੁਰਜੀਤ ਸਿੰਘ ਔਜਲਾ ਦੀ ਪਰਫੋਰਮੈਂਸ ਸਿਫਰ ਰਹੀ। ਮੈਂ ਉਹਨਾਂ ਨੂੰ 2 ਸਾਲ ਤੋਂ ਕਹਿ ਰਿਹਾ ਕਿ ਲਿਖਤ ਆਪਣਾ ਰਿਪੋਰਟ ਕੱਢ ਦਿਓ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਕਿੰਨੀਆਂ ਸੜਕਾਂ ਅੰਮ੍ਰਿਤਸਰ ਦੀਆਂ ਬਣਾਈਆਂ, ਕਿੰਨਾ ਸੀਵਰੇਜ ਪਾਇਆ, ਕਿੰਨਾ ਵਾਟਰ ਸਪਲਾਈ ਪਾਈ, ਕਿਹੜੀਆਂ ਸੁਵਿਧਾਵਾਂ ਦਿੱਤੀਆਂ। ਉਹ ਤਾਂ ਆਪਣੇ ਘਰ ਔਰ ਦਫ਼ਤਰ ਦੇ ਵਿੱਚ ਏਅਰਪੋਰਟ ਰੋਡ ਹੈ, 2 ਸਾਲ ਤੋਂ ਪੈਚ ਨਹੀਂ ਲਵਾ ਪਾਏ। ਅੱਜ ਜਿੰਨੇ ਪ੍ਰੋਜੈਕਟ ਮੈਂ ਪਾਸ ਕਰਾ ਕੇ ਲਿਆਇਆ ਸੀ, ਚਾਹੇ ਅੰਮ੍ਰਿਤਸਰ ਫਿਰੋਜ਼ਪੁਰ ਲਿੰਕ ਹੋਏ 300 ਕਰੋੜ ਰੁਪਏ ਦਾ, ਚਾਹੇ ਰੀਗੋ ਬ੍ਰਿਜ ਹੋਏ, ਚਾਹੇ ਬੱਲਾ ਫਾਟਕ 'ਤੇ ਓਵਰ ਬ੍ਰਿਜ ਹੋਏ, ਚਾਹੇ IIM ਲਈ 1 ਏਕੜ ਜਗ੍ਹਾ, ਅਮਰਿੰਦਰ ਸਿੰਘ ਜੀ ਮਿਲਦੇ ਹੀ ਨਹੀਂ ਉਹਨਾਂ ਨੂੰ। ਸੋ ਔਜਲਾ ਆਪਣੇ ਮੁੱਖ ਮੰਤਰੀ ਕੋਲ ਜਾਣ ਦਾ ਸਾਹਸ ਨਹੀਂ ਰੱਖਦੇ। ਹਾਂ, ਪ੍ਰਧਾਨ ਮੰਤਰੀ ਮੋਦੀ ਜੀ ਦੇ ਕਈ ਵਾਰ ਗੁਣਗਾਨ ਕਰ ਚੁੱਕੇ ਨੇ, ਤਾਰੀਫ ਕਰ ਚੁੱਕੇ ਨੇ ਔਰ ਮੋਦੀ ਜੀ ਦੀ ਬਰਾਤ 'ਚ ਨੱਚਣ ਦਾ ਪ੍ਰਯਾਸ ਕਰਦੇ ਨੇ। ਸੋ ਮੈਂ ਫਿਰ ਔਜਲਾ ਜੀ ਨੂੰ ਕਹਾਂਗਾ ਕਿ ਔਜਲਾ ਜੀ, ਜਿਸ ਵੇਲੇ ਤੁਸੀਂ ਤਾਂ ਸੰਸਦ 'ਚ ਬੋਲ ਵੀ ਨਹੀਂ ਪਾਉਂਦੇ, ਜ਼ਿਆਦਾ ਸਮੇਂ ਤੁਸੀਂ ਜਾਂ ਵਿਦੇਸ਼ਾਂ 'ਚ ਬਤੀਤ ਕੀਤਾ ਜਾਂ ਤੁਸੀਂ ਬਾਹਰ ਉਹ ਜਿਹੜੀ ਸੰਸਦ ਦੇ ਬਾਹਰ ਫੱਟੀ ਲੈ ਕੇ ਖੜ੍ਹੇ ਰਹੇ ਧਰਨੇ ਦਿੰਦੇ, ਔਰ ਜਦੋਂ ਤੁਸੀਂ ਬੋਲਦੇ ਹੋ ਤਾਂ ਸਭ ਨੇ TV 'ਤੇ ਦੇਖਿਆ ਕਿ ਬਾਕੀ ਸੰਸਦ ਜਿਹੜੇ ਨੇ ਉਹ ਹੱਸਦੇ ਨੇ, ਕਿਉਂਕਿ ਤੁਹਾਡਾ ਸਤਾਰ ਹੀ ਨਹੀਂ ਹੈ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਸੰਸਦ 'ਚ ਬੋਲਣਾ ਕਿਸ ਤਰ੍ਹਾਂ। ਹਰਦੀਪ ਸਿੰਘ ਪੁਰੀ ਇੱਕ ਸ਼ਿਕਸ਼ਿਤ ਵਿਅਕਤੀ ਨੇ, ਉਹ ਵਿਦੇਸ਼ ਸੇਵਾਵਾਂ 'ਚ IFS ਦੇ ਮਾਧਿਅਮ ਦੇ ਨਾਲ ਉਹਨਾਂ ਨੇ ਫਸਟ ਆਏ ਸੀ, ਉਹ IFS ਦੀ ਸੇਵਾ ਕੀਤੀ 5 ਸਾਲ ਤੋਂ। ਸਭ ਤੋਂ ਵਧੀਆ ਡਿਪਾਰਟਮੈਂਟ ਪ੍ਰਚਾਰ ਕਾਫੀ ਕਰ ਲਿਆ ਜੀ, ਅੱਜ ਪੋਲਿੰਗ ਹੋ ਰਹੀ ਹੈ ਕਿਉਂਕਿ ਇਸ ਕਰਕੇ ਮੈਂ ਤੇ ਉਹਨਾਂ ਦਾ ਜਵਾਬ ਦੇ ਰਿਹਾ ਜਿਹੜਾ ਔਜਲਾ ਜੀ ਦਿਨ ਦੇ ਵਿੱਚ ਸੁਪਨੇ ਦੇ। ਬਿਲਕੁਲ ਬਿਲਕੁਲ, ਇੱਕ ਲਾਸਟ ਸਵਾਲ ਪੁੱਛਣਾ ਚਾਹਾਂਗਾ ਜੀ ਕਿ ਕਿਉਂਕਿ 13 ਸੀਟਾਂ ਜਿਹੜੀਆਂ ਵਾ ਅਕਾਲੀ ਭਾਜਪਾ ਗੱਠਜੋੜ ਮਿਲ ਕੇ ਲੜ ਰਹੀ ਹੈ, ਕੀ ਐਕਸਪੈਕਟ ਕਰਦੇ ਹੋ BJP ਵਾਸਤੇ, ਕੀ ਐਕਸਪੈਕਟ ਕਰਦੇ ਹੋ ਜਿਹੜੀਆਂ BJP ਦੀਆਂ ਸੀਟਾਂ 'ਤੇ ਗੱਠਜੋੜ ਦੀਆਂ ਸੀਟਾਂ 'ਤੇ ਕੀ ਐਕਸਪੈਕਟ? 13-0 ਦੀ ਜਿੱਤ ਹੈ, ਜਿਹੜਾ ਹਰ ਪਾਸੇ ਬਖਲਾਹਟ ਹੈ, ਕੋਈ ਬਠਿੰਡੇ
तमाचे मार रहा है, कोई किसी जगह तमाचे मार रहा है, कोई किसी जगह आरोप ला रहा है। सो अज कांग्रेस का जो हाल है, कांग्रेस बुरी तरह नाल क्योंकि किया ही कुछ नहीं। पंजाब की जनता हुण उन्होंने सजा देने के मूड च है, हुण उन्होंने कोई जवाब नहीं, कोई जवाब मंगता है तो तमाचा मार दे। तुहानूं लगता कि कैप्टन अमरिंदर सिंह नूं इस्तीफे लई तैयार रहना चाहिए? नहीं, मैंने तो लगता उन्होंने दे ही देना चाहिए हम इस्तीफा, क्योंकि दो चार दिन पहले तैयारी कर लेंगे तो फिर देने दे उन्होंने आसानी रहेगी।